ਅਤੰ ਪਰਗਾਸ ਲੜੀ ਨੰਬਰ 17 ਇੱਕ ਦੋਸਤੀ ਦੀ ਦਾਸਤਾਨ ਨਿਹਾਲ ਸਿੰਘ ਹੁਰੀ ਲਾਹੌਰ ਕਾਲਜ ਪੜ੍ਹਦੇ ਸਨ ਜਦ ਮੈਂ ਅਜੇ ਸਕੂਲ ਵਿੱਚ 9ਵੀਂ ਜਮਾਤ ਵਿੱਚ ਸਾਂ ਉਹ ਲਾਹੌਰੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੋਰਟੇ ਆਏ ਹੋਏ ਸਨ ਕੋਰਟਾ ਠੰਡੀ ਥਾਂ ਹੋਣ ਕਰਕੇ ਉੱਥੇ ਸਰਦੀਆਂ ਵਿੱਚ ਛੁੱਟੀਆਂ ਹੁੰਦੀਆਂ ਸਨ ਗਰਮੀਆਂ ਵਿੱਚ ਸਾਡਾ ਸਕੂਲ ਲੱਗਦਾ ਹੁੰਦਾ ਸੀ ਹਿਸਾਬ ਦੇ ਸਾਡੇ ਮਾਸਟਰ ਜੀ ਬਿਮਾਰ ਹੋ ਗਏ ਤੇ ਹੈੱਡਮਾਸਟਰ ਸਾਹਿਬ ਨੇ ਨਿਹਾਲ ਸਿੰਘ ਹੋਰਾਂ ਨੂੰ ਸਾਨੂੰ ਪੜ੍ਹਾਉਣ ਲਈ ਆਖ ਦਿੱਤਾ ਨਿਹਾਲ ਸਿੰਘ ਹੋਰੀ ਇੱਕ ਸਵਾਲ ਲਿਖਵਾਉਣ ਲੱਗ ਪਏ ਮੈਂ ਸਾਰਾ ਸਵਾਲ ਪਾਪ ਲਿਆ ਤੇ ਉਹਨਾਂ ਦੇ ਲਿਖਵਾंदे ਲਿਖਵਾंदे ਕੱਢ ਕੇ ਉਨਾਂ ਕੋਲ ਲੈ ਗਿਆ ਉਹ ਬੜੇ ਚਕਿਤ ਹੋਏ ਤੇ ਮੇਰੇ ਪ੍ਰਸ਼ਾਸਕ ਬਣ ਗਏ ਦਿਨ ਬਾ ਦਿਨ ਸਾਡੀ ਨੇੜਤਾ ਵਧ ਗਈ ਮੈਂ ਉਹਨਾਂ ਨੂੰ ਆਪਣਾ ਵੱਡਾ ਭਰਾ ਤੇ ਉਹ ਮੈਨੂੰ ਆਪਣਾ ਨਿੱਕਾ ਭਰਾ ਮੰਨਣ ਲੱਗ ਗਏ ਹੈ ਸੰਨ ਤਾਂ ਮੇ ਤੋਂ 60 ਸਾਲ ਵੱਡੇ ਇਸ ਲਈ ਮੈਨੂੰ ਹੁਕਮ ਦੇ ਸਕਣ ਦਾ ਹੱਕ ਸਮਝਦੇ ਸਨ ਮੈਂ ਵੀ ਉਹਨਾਂ ਦੇ ਇਸ ਹੱਕ ਦਾ ਸਤਿਕਾਰ ਕਰਦਾ ਸਾਂ 10ਵੀਂ ਪਾਸ ਹੋਣ ਕਰਕੇ ਮੈਂ ਲਾਹੌਰ ਕਾਲਜ ਦਾਖਲ ਹੋ ਗਿਆ ਸਾਂ ਤੇ ਇਹ ਵੀ ਉੱਥੇ ਇੰਜੀਨੀਅਰਿੰਗ ਕਾਲਜ ਵਿੱਚ ਪੜਦੇ ਸਨ ਇੱਕ ਦਿਨ ਮੈਨੂੰ ਮਿਲਣ ਮੇਰੇ ਹੋਸਟਲ ਆਏ ਬੈਠਿਆ ਬੈਠਿਆ ਗੱਲਾਂ ਗੱਪਾਂ ਮਾਰਦਿਆਂ ਰਾਤ ਪੈ ਗਈ ਅਸਾਂ ਰਲ ਕੇ ਰੋਟੀ ਖਾਧੀ ਤੇ ਮੇਰੀ ਬੇਨਤੀ ਤੇ ਉਹਨਾਂ ਰਾਤ ਸਾਡੇ ਹੋਸਟਲ ਵਿੱਚ ਮੇਰੇ پاس ਰਹਿਣਾ ਪਰਵਾਨ ਕਰ ਲਿਆ ਕੋਠੇ ਉੱਪਰ ਮੰਜੀ ਢਾਕੇ ਇੱਕ ਦਰੀ heਠਾਂ ਤੇ ਇੱਕ ਚਾਦਰ ਉੱਪਰ ਲੈ ਕੇ ਅਸੀਂ ਦੋਵੇਂ ਆਪਣੇ ਮੰਜੇ ਤੇ ਲੇਟ ਗਏ ਬੱਦਲ ਵਾਂਝ ਹੀ ਫਿਰ ਰਹੀ ਸੀ ਸੋ ਗਰਮੀ ਵੱਲੋਂ ਹੁਣ ਕੁਝ ਆਰਾਮ ਸੀ ਅਜੇ ਅੱਧਾ ਘੰਟਾ ਵੀ ਨਹੀਂ ਸੀ ਲੰਘਿਆ ਕਿ ਬਿਜਲੀ ਲਿਸ਼ਕੀ ਤੇ ਧੜਾ ਧੜ ਮੀਂਹ ਪੈਣਾ ਸ਼ੁਰੂ ਹੋ ਗਿਆ ਨਿਹਾਲ ਜੀ ਕਹਿਣ ਲੱਗੇ ਐਮੀ ਝਟਕ ਨੂੰ ਬੰਦ ਹੋ ਜਾਂਦਾ ਐ ਐਵੇਂ ਜਲਦੀ ਨਹੀਂ ਕਰਦੇ ហេਠਾਂ ਬੜੀ ਗਰਮੀ ਹੋਵੇਗੀ ਅਸੀਂ ਇਹ ਗੱਲ ਕਰ ਹੀ ਰਹੇ ਸਾਂ ਕਿ ਜ਼ੋਰ ਦੀ ਹਵਾ ਆਈ ਤੇ ਸਾਡੀ ਚਾਦਰ ਉੱਡ ਗਈ ਕਬਰਾ ਕੇ ਜਦ ਅਸੀਂ ਉੱਠੇ ਤਾਂ ਸਾਡੇ ਉੱਠ ਦੇ ਸਾਰ ਹੀ ਦਰੀਵੀ ਤੇ ਸਹਰਾਣਾ ਵੀ ਉੱਡ ਗਏ ਬੜੀ ਮੁਸ਼ਕਿਲ ਅਸਾਂ ਮੰਝਾ ਛੱਜੇ ហេਠ ਖੜਾ ਕੀਤਾ ਤੇ نیچے ਉਤਰ ਆਏ ਰਾਤ ਅਸਾਂ ਜਿਵੇਂ ਤੇਵੇਂ ਕੱਟੀ ਸਵੇਰੇ 8:00 ਵਜੇ ਜਦ ਅਸੀਂ ਨਾਸ਼ਤਾ ਕਰ ਰਹੇ ਸਾਂ ਤਾਂ ਮੇਰਾ ਨੌਕਰ ਟਰੇ ਵਿੱਚ ਮੇਰਾ ਗਿੱਲਾ ਸਰਾਣਾ ਲੈ ਕੇ ਆਇਆ ਸਰਦਾਰ ਜੀ ਇਹ ਪਿੱਛੇ ਲਾਨ ਵਿੱਚ ਪਿਆ ਹੋਇਆ ਸੀ ਨਿਹਾਲ ਜੀ ਹਸੇ ਤੇ ਕਹਿਣ ਲੱਗੇ ਤੇਰੇ ਬਿਸਤਰੇ ਦਾ ਰਾਤੀ ਜੋ ਪਰਥਾ ਬਣਿਆ ਉਹ ਟਰੇ ਵਿੱਚ ਪਾ ਕੇ ਲੈ ਆਇਆ ਏ ਉਸਨੂੰ ਕਿਹਾ ਜਾ ਇਹ ਕਿਤੇ ਸੁੱਟ ਦੇ ਇਹ ਹੁਣ ਕਿਸੇ ਕੰਮ ਦਾ ਨਹੀਂ ਰਹਾ ਘੜਿਕ ਨੂੰ ਉਹ ਆਪਣੇ ਕਾਲਜ ਵੱਲ ਰਵਾਨਾ ਹੋ ਗਏ ਪਰ ਘੰਟੇ ਮਗਰੋਹੀ ਪਰਤਾਏ ਇੱਕ ਦਰੀ ਇੱਕ ਖੇਸ ਇੱਕ ਚਾਦਰ ਇੱਕ ਸਹਰਾਣਾ ਬਾਜ਼ਾਰੋਂ ਲੈ ਕੇ ਆ ਗਏ ਕਹਿਣ ਲੱਗੇ ਮੈਂ ਸੋਚਿਆ ਬਿਸਤਰੇ ਬਿਨਾਂ ਰਾਤ ਸੋਵੇਂਗਾ ਕਿਵੇਂ ਮੈਂ دل ਵਿੱਚ ਸੋਚਿਆ ਮੇਰੇ ਉੱਪਰ ਤਾਂ ਸੱਚਮੁੱਚ ਉਹਨਾਂ ਦੀ ਰਹਿਮਤ ਵਰਸੀ ਹੈ ਤੇ ਮੈਂ ਉਹਨਾਂ ਦੇ ਪੈਰੀ ਹੱਥ ਲਾਉਣ ਲਈ ਝੁਕਿਆ ਤਾਂ ਉਹਨਾਂ ਮੈਨੂੰ ਗਲਵਕੜੀ ਵਿੱਚ ਲੈ ਲਿਆ ਤੇ ਕਿਹਾ ਰਾਤ ਦੀ ਵਰਖਾ ਨੇ ਹੀ ਇਹ ਸੇਵਾ ਮੇਰੇ ਜਿੰਮੇ ਲਈ ਧੰਨਵਾਦ ਆਤਮ ਪਰਗਾਸ